ਅੱਜ 10 ਸਾਲ ਬਾਅਦ ਮੈਂ ਆਪਣਾ ਇੱਕ ਐਕਸਪੀਰੀਅੰਸ ਜਿਹੜਾ ਹੈਗਾ ਉਹ ਸੋਚਦਾ ਕਿ ਸਾਰਿਆਂ ਨਾਲ ਸ਼ੇਅਰ ਕਰਾਂ, ਕਿਉਂਕਿ ਮੇਰੇ ਕੁਝ ਦੋਸਤਾਂ ਦੇ ਵਿੱਚ ਜਿਹੜੇ ਜਿਹਨਾਂ ਨੂੰ ਜਿਹੜਾ ਰੀਸੈਂਟਲੀ ਹਾਰਟ ਦੀ ਦਿੱਕਤ ਆਈ ਅਤੇ ਉਹ ਹੋਸਪਿਟਲਾਈਜ਼ ਹੋਏ, ਸਟੰਟ ਪਵਾ ਲਏ। ਮੈਂ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦਾ ਕਿ 2009 ਦੇ ਵਿੱਚ ਮੈਂ ਸੈਰ ਤੋਂ ਆਇਆ ਤਾਂ ਮੈਨੂੰ ਘਬਰਾਹਟ ਜੀ ਮਹਿਸੂਸ ਹੋਈ। ਮੈਂ ਡਾਕਟਰ ਦੇ ਗਿਆ, ਡਾਕਟਰ ਨੂੰ ਦਿਖਾਇਆ, ਉਹਨੇ ਕਿਹਾ ਕੁਛ ਵੀ ਨਹੀਂ ਹੈਗਾ, ECG ਵਗੈਰਾ ਸਭ ਕੁਝ ਕਰਵਾਈ। ਨੈਕਸਟ ਡੇ ਪ੍ਰੀਕੋਸ਼ਨ ਸੀ, ਮੈਂ DMC ਚਲਾ ਗਿਆ, ਉਹਨਾਂ ਨੇ ਇੱਕ ਟਰੋਪਥੀ ਟੈਸਟ ਕੀਤਾ। ਟਰੋਪਥੀ ਟੈਸਟ ਕਰਕੇ ਮੈਨੂੰ ਉਹਨਾਂ ਨੇ ਕਿਹਾ ਵੀ ਤੁਹਾਨੂੰ ਹਾਰਟ ਦੀ ਦਿੱਕਤ ਹੋ ਗਈ, ਜਦਕਿ ਮੈਨੂੰ ਕੁਛ ਨਹੀਂ ਮਹਿਸੂਸ ਹੋ ਰਿਹਾ ਸੀ, ਮੈਂ ਮਾਰਨਿੰਗ ਵਾਕ ਵੀ ਕਰਕੇ ਗਿਆ। ਉਸ ਤੋਂ ਬਾਅਦ ਮੈਂ ਵੀ ਇਸੇ 6-6 ਮਹੀਨੇ ਦੇ ਵਿੱਚ ਸੀਗਾ ਕਿ ਮੈਂ ਸਟੰਟ ਪਵਾਵਾਂ ਜਾਂ ਕੀ ਕਰਾਂ। ਫਿਰ ਮੇਰੇ ਇੱਕ ਦੋਸਤ ਆ ਮਿਸਟਰ ਸਹਿਗਲ, ਉਹਨਾਂ ਨੇ ਮੈਨੂੰ ਕਿਹਾ ਤੁਸੀਂ CVA ਮੈਡੀਕਲ ਸੈਂਟਰ ਜਾਓ ਤਾਂ ਉੱਥੇ ਜਾ ਕੇ ਟ੍ਰੀਟਮੈਂਟ ਲਓ। ਇੱਕ ਪੜ੍ਹੇ ਲਿਖੇ ਹੋਣ ਦੀ ਥਾਂ 'ਤੇ ਜਾਂ ਗੂਗਲ 'ਤੇ ਮੈਂ ਸਰਚ ਕੀਤਾ, ਉਹ ਸਰਚ ਕਰਕੇ ਮੈਂ ਦੇਖਿਆ ਕਿ ਮੈਂ CVR ਮੈਡੀਕਲ ਸੈਂਟਰ ਜਿਹੜਾ ਹੈਗਾ ਨੋਨ ਸਰਜੀਕਲ ਜਿਹੜਾ ਹੈਗਾ, ਕਿਉਂਕਿ ਸਰਜਰੀ ਮੈਂ ਜੋ ਸੋਚਦਾ ਕਿ ਬਾਡੀ ਦੇ ਵਿੱਚ ਕੋਈ ਵੀ ਚੀਜ਼ ਅੰਦਰ ਚਲੀ ਜਾਣੀ ਜਿਹੜੀ ਹੈ ਉਹ ਸਾਈਡ ਇਫੈਕਟਸ ਜ਼ਰੂਰ ਦਏਗੀ, ਜਾਂ ਸਰਜਰੀ ਵੀ ਜਿਹੜੀ ਹੈਗੀ ਉਹਦੇ ਵੀ ਅੱਗੇ ਕਈ ਨਾ ਕਈ ਜਾ ਕੇ ਦਿੱਕਤਾਂ ਹੁੰਦੀਆਂ। ਅਤੇ ਮੈਂ CVR ਮੈਡੀਕਲ ਸੈਂਟਰ ਤੋਂ ਬੇਸਿਕਲੀ ਉਹਨਾਂ ਨੇ ਤਾਂ ਮੈਨੂੰ ਪ੍ਰੈਫਰ ਕੀਤਾ ਸੀ ਕਿ ਤੁਸੀਂ ACT ਟ੍ਰੀਟਮੈਂਟ ਲਓ, ਜਿਹੜਾ ਮੈਨੂੰ ਨਾੜੀ ਦੇ ਵਿੱਚੋਂ ਦੀ ਉਹਨਾਂ ਫਲੂਇਡ ਦਿੰਦੇ ਸੀਗੇ, ਅਤੇ ਮੈਂ ਨਾਲ ਉਹਨਾਂ ਦੇ ECP ਟ੍ਰੀਟਮੈਂਟ ਜਿਹਦੇ ਨਾਲ ਪੰਪਿੰਗ ਹੁੰਦੀ ਹੈ ਬਾਡੀ ਦੇ ਉੱਤੇ ਅਲੱਗ ਅਲੱਗ ਨਾੜੀਆਂ ਜਿਹੜੀਆਂ ਉਹਨਾਂ ਨੂੰ ਸਟਰੋਂਗ ਕਰਨ ਲਈ, ਤਾਂ ਮੈਂ ਉਹ ਟ੍ਰੀਟਮੈਂਟ 2009 ਦੇ ਵਿੱਚ ਕੀਤਾ ਸੀ। ਅਤੇ ਅੱਜ 2019 ਆ ਗਈ, 10 ਸਾਲ ਦੇ ਵਿੱਚ ਮੈਨੂੰ ਨਾ ਤਾਂ ਕਦੇ ਹਾਰਟ ਦੀ ਦਿੱਕਤ ਮਹਿਸੂਸ ਹੋਈ। ਮੈਂ ਤਕਰੀਬਨ ਗੋਵਰਧਨ ਯਾਤਰਾ ਵੀ ਪੈਦਲ ਕਰਕੇ ਆਇਆ, ਹੋਰ ਵੀ ਅਦਰਵਾਈਜ਼ ਮੈਂ ਲੋਕਾਂ ਨੂੰ ਪ੍ਰੈਫਰ ਕਰਦਾ ਹੈ ਕਿ ਹਮੇਸ਼ਾ ਮੈਡੀਕਲ ਟ੍ਰੀਟਮੈਂਟ ਲੈਣ ਤੋਂ ਪਹਿਲਾਂ ਆਪਣੀ ਬਾਡੀ ਨੂੰ ਸਮਝੋ, ਟ੍ਰੀਟਮੈਂਟ ਨੂੰ ਸਮਝੋ, ਕਿ ਜਿਹੜੀ ਇੱਕ ਵਾਰ ਚੱਲੀ ਹੋਈ ਹੈ ਕਿ ਸਟੰਟ ਪਾ ਦਿਓ, ਇਹ ਕਰ ਦਿਓ, ਉਹ ਕਰ ਦਿਓ। ਮੇਰੇ ਜਿਹੜਾ ਆਪਣਾ ਐਕਸਪੀਰੀਅੰਸ ਹੈ ਕਿ ਸਟੰਟ ਪਾਉਣ ਦੀ ਜਗ੍ਹਾ 'ਤੇ ਤੁਸੀਂ ਟ੍ਰੀਟਮੈਂਟ ਦੇਖ ਕੇ ਲਓ ਜਿਹੜੇ ਤੁਹਾਡੀ ਬਾਡੀ ਰਿਕੁਆਇਰਡ ਹੈ। ਨੋਨ ਸਰਜੀਕਲ ਟ੍ਰੀਟਮੈਂਟ ਬਹੁਤ ਹੈਗੇ ਨੇ ਹਿੰਦੁਸਤਾਨ ਦੇ ਵਿੱਚ, ਇੰਡੀਆ ਦੇ ਵਿੱਚ ਆਪਾਂ ਕਈ ਵਾਰ ਫੋਰਨ ਦੀ ਗੱਲ ਕਰਦੇ ਹਾਂ, ਫੋਰਨ ਤੋਂ ਲੋਕ ਇੱਥੇ ਟ੍ਰੀਟਮੈਂਟ ਲੈਣ ਆਉਂਦੇ ਆ, ਤਾਂ ਕਿਉਂ ਨਹੀਂ ਆਪਾਂ ਲੁਧਿਆਣੇ ਦੇ ਵਿੱਚ ਬੈਠੇ ਇੱਕ ਜਿਹੜੇ ਨੌਰਥ ਇੰਡੀਆ ਦੇ ਵਿੱਚ ਇੱਕੋ ਟ੍ਰੀਟਮੈਂਟ ਹੈਗਾ ਉਹ ਲੈਂਦੇ। ਮੈਂ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ, ਜੇ ਤੁਹਾਨੂੰ ਕੋਈ ਐਸੀ ਦਿੱਕਤ ਹੈ ਤਾਂ ਉਹ ਐਕਸਪੀਰੀਅੰਸ ਨੂੰ ਜ਼ਰੂਰ ਅਜ਼ਮਾ ਕੇ ਦੇਖੋ, ਜਲਦੀਬਾਜ਼ੀ ਦੇ ਵਿੱਚ ਸਟੰਟ ਜਾਂ ਬਾਈਪਾਸ ਸਰਜਰੀ ਵੱਲ ਨਾ ਜਾਓ।